ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਪਹੁੰਚੇ ਅੱਜ ਰਈਆ ਬਲਾਕ 'ਚ, ਅਤੇ ਰਈਆ ਬਲਾਕ ਦੇ ਜਿਹੜੀਆਂ ਸਰਪੰਚਾਂ ਦੀਆਂ ਟ੍ਰੇਨਿੰਗ ਚੱਲ ਰਹੀਆਂ ਉਹਦੇ ਸੰਬੰਧੀ ਆਪਾਂ ਇੱਥੇ ਪੰਜ ਸਰਪੰਚਾਂ ਦੇ ਨਾਲ ਗੱਲਬਾਤ ਕਰਾਂਗੇ। ਭੈਣ ਜੀ, ਅੱਜ ਇੱਥੇ ਤੁਹਾਡੇ ਟ੍ਰੇਨਿੰਗ ਚੱਲ ਰਹੀ ਹੈ ਜੀ? ਇਹ ਕਿੰਨੇ ਦਿਨਾਂ ਦੀ ਟ੍ਰੇਨਿੰਗ ਆ ਅਤੇ ਕਿਸ ਤਰ੍ਹਾਂ ਦੀ ਟ੍ਰੇਨਿੰਗ ਲੱਗੀ ਆਪ ਜੀ ਨੂੰ? ਵਧੀਆ ਟ੍ਰੇਨਿੰਗ ਆ, ਕੋਈ ਉਹ ਵੀ ਪਤਾ ਲੱਗਾ ਆ। ਇਹੋ ਜਿਹੀਆਂ ਟ੍ਰੇਨਿੰਗ ਜਿਹੜੀਆਂ ਅੱਗੇ ਜਿਹੜਾ ਇੱਥੇ ਸਟਾਫ ਆਇਆ ਟ੍ਰੇਨਿੰਗ ਦੇਣ ਵਾਸਤੇ, ਠੀਕ ਆ? ਅਤੇ ਤੁਹਾਨੂੰ ਚਾਹ ਪਾਣੀ ਰੋਟੀ ਪਾਣੀ ਸਾਰਾ ਪ੍ਰੋਪਰਲੀ ਮਿਲ ਰਿਹਾ ਕਿ ਨਹੀਂ? ਰੋਟੀ ਪਾਣੀ ਕਿਸ ਤਰ੍ਹਾਂ ਦਾ? ਠੀਕ ਆ, ਕਿਸੇ ਕਿਸਮ ਦੀ ਕੋਈ ਸ਼ਿਕਾਇਤ ਤਾਂ ਨਹੀਂ ਜੀ? ਬਾਕੀ ਜਾਣਕਾਰੀ ਜਿਹੜੀ ਆ ਉਹ ਤੁਹਾਨੂੰ ਪੂਰੀ ਜਿਹੜੀ ਆ ਉਹ ਮਿਲ ਰਹੀ ਹੈ। ਆਪ ਜੀ ਵੀ ਇੱਥੇ ਟ੍ਰੇਨਿੰਗ ਵਾਸਤੇ ਸਾਰੇ ਪਹੁੰਚੇ ਜੀ? ਹਾਂਜੀ ਹਾਂਜੀ, ਟ੍ਰੇਨਿੰਗ ਵਾਸਤੇ ਪਹੁੰਚੇ ਹਾਂ। ਅਤੇ ਕਾਫੀ ਪੰਚਾਇਤ ਦੇ ਅਧਿਕਾਰ, ਪੰਚਾਂ ਦੇ ਅਧਿਕਾਰ, ਸਰਪੰਚਾਂ ਦੇ ਅਧਿਕਾਰ, ਠੀਕ ਹੈ ਜੀ, ਇਹ ਸਾਰਿਆਂ ਦਾ ਸਾਨੂੰ ਜਾਣਕਾਰੀ ਮਿਲੀ ਆ। ਇਹ ਜਾਣਕਾਰੀ ਤੋਂ ਅਸੀਂ ਪੂਰਾ ਫਾਇਦਾ ਉਠਾਵਾਂਗੇ, ਲਾਭ ਹੋਊਗਾ, ਅਤੇ ਤੁਹਾਡਾ ਧੰਨਵਾਦ। ਅਤੇ ਇਹ ਟ੍ਰੇਨਿੰਗਾਂ ਜਿਹੜੀਆਂ ਆ ਇਹ ਅੱਗੇ ਵੀ ਚੱਲਦੀਆਂ ਹੁੰਦੀਆਂ ਕਿ ਪਹਿਲੇ ਵਾਰੀ ਹੋਈਆਂ? ਪਹਿਲੇ ਆ ਰਹੀ ਹੈ। ਤੁਸੀਂ ਸਾਰੇ ਪਹਿਲੇ ਵਾਰੀ ਨਵੇਂ ਹੀ ਜਿਹੜੇ ਪੰਜ ਸਰਪੰਚ ਬਣੇ ਹੋ, ਅਤੇ ਇਹ ਟ੍ਰੇਨਿੰਗ ਅੱਗੇ ਤੋਂ ਲਗਾਤਾਰ ਚੱਲਦੀਆਂ ਰਹਿਣੀਆਂ ਚਾਹੀਦੀਆਂ ਕਿ ਨਹੀਂ? ਚੱਲਦੀਆਂ ਰਹਿਣੀਆਂ। ਪੰਚਾਂ ਨੂੰ, ਸਰਪੰਚਾਂ ਨੂੰ ਅਧਿਕਾਰ ਖੇਤਰ, ਉਹਨਾਂ ਦੀ ਆਮਦਨ ਦਾ ਪਤਾ ਲੱਗਦਾ ਵਾ। ਕੋਸ਼ਿਸ਼ ਕਰਨਗੇ ਵੀ ਉਹ ਜਿਹੜਾ ਕੰਮ ਆ ਉਹ ਸਹੀ ਤਰੀਕੇ ਨਾਲ। ਬਹੁਤ ਬਹੁਤ ਧੰਨਵਾਦ ਜੀ। ਚਲੋ।